ਪਿੰਡ ਉਹ ਚਲਦੇ ਚਲਦੇ ਅਸੀਂ ਪਹੁੰਚੇ ਸੀ ਪਿੰਡਾਂ ਦੇ ਵਿੱਚ ਅਤੇ ਵੋਟਾਂ ਤਾਂ ਹਰ ਵਾਰੀ ਪੈਂਦੀਆਂ ਨੇ, 5 ਸਾਲ ਬਾਅਦ ਨਵੇਂ ਨਵੇਂ ਨੇਤਾ ਆਉਂਦੇ, ਨਵੀਆਂ ਨਵੀਆਂ ਪਾਰਟੀਆਂ ਆਉਂਦੀਆਂ ਨੇ, ਵੋਟਾਂ ਪਾਉਣ ਵਾਲੇ ਆਪਾਂ ਲੋਕ ਹੀ ਹੁੰਦੇ ਹੈਗੇ ਹਾਂ, ਸਾਰੇ ਨੇਤਾ ਲੋਕ ਆਉਂਦੇ ਨੇ, ਗੋਡੇ ਵੀ ਘੁੱਟਦੇ ਨੇ ਹੈਂ ਅਤੇ ਦਰਵਾਜ਼ਾ ਵੀ ਖੜਕਾਉਂਦੇ ਨੇ ਵੋਟ ਸਾਨੂੰ ਪਾਈਓ। ਅਤੇ ਹੁਣ ਕਾਂਗਰਸ ਅਤੇ ਅਕਾਲੀ ਅਤੇ ਝਾੜੂ ਅਤੇ ਹੁਣ 3-4 ਪਾਰਟੀਆਂ ਆ ਗਈਆਂ ਨੇ, ਹਾਂਜੀ ਹਾਂਜੀ, ਅਤੇ ਤੁਹਾਡਾ ਕੀ ਖਿਆਲ ਆ, ਤੁਹਾਡੇ ਪਿੰਡ ਦਾ ਕਿਹਨੂੰ ਦੇ ਰਿਹਾ ਕਿ ਭਰਮਾ ਜੋ ਆਪਣਾ ਉਮਾਰਾ? ਅਸੀਂ ਤਾਂ ਜੀ ਅਕਾਲੀ ਦਲ ਨਾਲ ਮੁੜ ਤੋਂ ਸੀਗੇ, ਅਕਾਲੀ ਦਲ ਨੂੰ ਹੀ ਦੇਣਾ ਬਸ। ਠੀਕ ਹੈ, ਤੁਹਾਡਾ ਫਿਰ ਉਹੀ ਹੈ ਜੀ, ਝਾੜੂ ਹੈ ਕਿ ਅਕਾਲੀ ਆ? ਸਾਡਾ ਹਲੇ ਕਿਸੇ ਨਾਲ ਨਹੀਂ, ਹਲੇ ਵਕਤ ਆਉਣ 'ਤੇ ਪਤਾ ਲੱਗਣਾ, ਵਕਤ ਆਉਣ 'ਤੇ ਪਤਾ ਲੱਗਣਾ, ਥੋੜ੍ਹਾ ਟਾਈਮ ਪਾਏ ਤਾਂ ਪਤਾ ਲੱਗਣਾ। ਤੁਹਾਡਾ ਕੀ ਖਿਆਲ ਹੈ, ਹੁਣ ਤੁਸੀਂ ਕੀ ਪਾਓਗੇ, ਪਿਛਲੀ ਵਾਰ ਕਿਹਨੂੰ ਪਾਈ ਸੀਗੀ? ਬਸ ਸਾਡਾ ਇੱਕੋ ਹੀ ਆ ਜਿਹਨੂੰ ਪਾਉਣੀ, ਜਿਹਨੂੰ ਕਹਿ ਤਾ ਉਹਨੇ ਡੱਬਾ ਲਾ ਦੇਣਾ, ਤੁਸੀਂ ਇੱਕੋ ਹੀ ਲਾਉਣਾ ਸਾਰਾ। ਟਾਈਮ ਲੰਘੇ ਤੇ ਲੈ, ਥੋੜ੍ਹਾ ਨੇੜੇ ਹੋ ਗਿਆ ਵੋਟਾਂ ਦਾ ਟਾਈਮ, ਜੋ ਨੇੜੇ ਉਦੋਂ ਪਤਾ ਲੱਗੂ ਕਿਹੜਾ ਕਿਸ ਤਰ੍ਹਾਂ ਵਾ, ਫਿਰ ਉਹ ਹਿਸਾਬ ਨਾਲ ਪਾਵਾਂਗੇ ਨਾ ਵੋਟਾਂ ਕੀ ਕਰਨ ਵਾਲੇ ਸਾਰੇ। ਕੋਈ ਇਹ ਇੱਕ ਦੂਜੇ ਦੀਆਂ ਖਾਮੀਆਂ ਦੱਸੀ ਜਾਂਦੇ ਆ, ਕੋਈ ਇਹ ਤਾਂ ਦੱਸਦੇ ਵੀ ਅਸੀਂ ਆਹ ਕੁਛ ਕਰਾਂਗੇ, ਐਂ ਕਰਾਂਗੇ, ਕੋਈ ਬੇਰੁਜ਼ਗਾਰੀ ਦੂਰ ਕਰਾਂਗੇ, ਚਿੱਟਾ ਹਟਾਵਾਂਗੇ, ਇੱਥੇ ਇੱਥੇ ਖੜ ਕੇ ਚਿੱਟਾ ਵੇਚ ਕੇ ਜਾਂਦੀਆਂ, ਇੱਥੇ ਖੜ ਕੇ ਬੰਦਾ ਰੋਕੋ ਕਿਹੜਾ ਰੋਕੋ, ਜਨਾਨੀਆਂ ਆਉਂਦੀਆਂ, ਬੰਦੇ ਨਹੀਂ ਆਉਂਦੇ। ਤੁਸੀਂ ਬਾਈ ਜੀ ਇੱਕ ਨੇ ਹਾਲਾਤ ਸਾਡੇ ਪੰਜਾਬ ਦੇ, ਸਾਡੀਆਂ ਗੌਰਮੈਂਟਾਂ ਨੇ ਇੰਨੇ ਮਾੜੇ ਕਰਤੇ, ਲੀਡਰਾਂ ਨੇ ਕੀਤੇ ਆ ਇਹ। ਹੁਣ ਤੁਸੀਂ ਸਾਡੇ ਪਿੰਡ ਦੀ ਲਾ ਲਓ, ਸਾਡੇ ਪਿੰਡ 'ਚ ਇੱਕ ਆਹ ਨੌਜਵਾਨ ਬੱਚਾ, ਇਹਨੇ ਵੀ ਬਾਹਰ ਚਲੇ ਜਾਣਾ, ਫਿਰ ਰਹਿ ਕਿਹੜਾ ਗਿਆ, ਅਸੀਂ ਬੁੜੇ ਰਹਿ ਗਏ। ਕਾਰਨ ਕੀ ਸਾਡੀਆਂ ਸਰਕਾਰਾਂ ਦੀਆਂ ਨਖਾਮੀਆਂ, ਬੱਚੇ ਕੋਲ ਹੋਣ, ਬੱਚੇ ਖੇਡਦੇ ਹੋਣ, ਆ ਬੈਠਿਆ ਬਾਹਰ ਨਿਕਲੇ, ਉੱਥੇ ਜਾਂਦੇ ਤਾਂ ਨੀ ਮਨ ਲੱਗਦਾ, ਇੱਥੇ ਬੈਠੇ ਤਾਂ ਬੱਚੇ ਚੇਤੇ ਆਉਂਦੇ ਆ, ਤੇ ਕਰੂ ਦੇ ਕਰੂਗੀ ਬੰਦਾ। ਔਰ ਸਰਕਾਰਾਂ ਹਰੇਕ ਇੱਕ ਦੂਜੇ ਦੇ ਦੋਸ਼ ਲਾਉਂਦੀਆਂ ਵੀ ਚਿੱਟਾ ਇਹ ਲੈ ਇਹ ਲੈ, ਹਮਾਇਤ ਦੇ ਵਿੱਚ ਆ ਵੀ ਜਿੰਨੇ ਵੀ ਦਲ ਬਦਲੂ ਆ ਸਭ ਨੂੰ ਕਿਸੇ ਨੂੰ ਬੋਲਣਾ ਪਾ, ਸਭ ਮਾਤਲ ਪ੍ਰਸਤ ਆ, ਆਪਦਾ ਦੇਖਦੇ ਆ ਵੋਟ ਪਾਉਣ ਵੇਲੇ। ਚਲੋ ਹੁਣ ਕਈ ਪਾਰਟੀਆਂ ਵੱਡੀਆਂ ਜਿਹੜੀਆਂ ਹੁੰਦੀਆਂ ਨਾ, ਬੰਦਾ ਉਹਨਾਂ ਨਾਲ ਜੁੜਦਾ ਹੈਗਾ ਵਾ, ਇਹ ਸੋਚਦਾ ਵੀ ਛੋਟੀ ਪਾਰਟੀ ਨੇ ਕੁਛ ਕਰ ਲੈਣੇ ਆ, ਹਰ ਬੰਦੇ ਦਾ ਆਪਣੇ ਮੇਰੇ ਵਿਚਾਰ ਹੁੰਦੇ। ਜਿੰਨਾ ਚਿੱਟਾ ਆਪਣੇ ਪੰਜਾਬ ਦਾ ਵਾ, ਪੁਲਿਸ ਹੁਣ ਤਾਂ ਸਾਡੇ MLA ਵੀ ਨਾਲ ਰਲਦੇ ਆ, ਹਾਂਜੀ 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 ਨਾਲ ਹੀ ਮੋਟੀ ਕਮਾਈ ਆ, ਬਿਲਕੁਲ ਹਾਂ, ਪੁਲਿਸ ਤੇ MLA ਨਾਲ ਰਲ ਕੇ ਹਾਂਜੀ 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 ਬਕਾ ਰਹੇ ਆ, ਤੇ ਵੋਟਾਂ ਨੂੰ ਕਹਿਣਗੇ ਸਾਨੂੰ ਵੋਟ ਪਾ ਦਿਓ, ਜੋ ਸਾਡੇ ਜਵਾਕ ਹੀ ਉੱਜੜ ਰਹੇ ਆ। ਬਿਲਕੁਲ ਬਿਲਕੁਲ ਹਾਂਜੀ, ਪਾਣੀ ਪਿਲਾ ਦੇ, ਕੋਈ ਗੱਲ ਤੇਰੀ ਫੋਟੋ ਨਹੀਂ ਆਉਂਦੀ ਹੈਗੀ। ਇਹ ਹੁਣ ਭੇਜ ਦਾਂਗੇ, ਤੁਹਾਡੇ ਮੁੰਡੇ ਬੱਚੇ ਜਿਹੜੇ ਕੈਨੇਡਾ ਦੇਖ ਲੈਂਦੇ ਰਾਤ ਨੂੰ, ਸਾਡੇ ਚੈਨਲ ਖੋਲ੍ਹਦੇ ਨੇ USA ਵਗੈਰਾ, ਤਾਂ ਇਹ ਤੁਹਾਨੂੰ ਦੇਣਾ ਕਾਰਡ ਦੇ ਦੇ, ਮੈਂ ਦੇਣਾ ਕਾਰਡ ਦੇ ਦੇ, ਇਹ ਤਾਂ ਕਾਰਡ ਦੇ ਖੋਲ੍ਹ ਲਿਓ, ਇਹ ਜਿਹਾ ਲਿਖੋ ਨਾ, AGL YouTube 'ਚ ਲਿਖੋਗੇ ਨਾ, AGL YouTube 'ਚ ਲਿਖ ਲਈਓ, ਹਾਂ ਉਹਦੇ ਵਿੱਚ ਫਿਰ ਆ ਜਾਂਦੀਆਂ ਨੇ, ਕੱਲ੍ਹ ਪਰਸੋਂ ਇਹ ਵੀ ਆ ਜਾਓ ਤੁਹਾਡੇ ਵਾਲੀ ਵੀ, ਹਾਂਜੀ ਤਲਵਾੜਾ ਅੱਗੇ ਪੈਂਦਾ ਵਾ, ਠੀਕ ਹੈ ਜੀ। ਉੱਥੋਂ ਰੁਕ ਕੇ ਆਏ, ਮੈਂ ਕਿਹਾ ਬਜ਼ੁਰਗ ਬੈਠੇ ਨੇ, ਮੈਂ ਕਿਹਾ ਚੱਲ ਪੁੱਛ ਹੀ ਚੱਲਦੇ ਹੈਗੇ ਆ, ਉਹ ਸਰਕਾਰਾਂ ਜਿਹੜੀਆਂ ਨਾ ਹੁਣ ਫਿਰ ਵੋਟਾਂ ਪੈਣੀਆਂ ਨੇ 1 ਤਰੀਕ ਨੂੰ, ਪਤਾ ਹਾਂ ਹਾਂ, ਅਤੇ ਉਹ ਤੱਕੜੀ ਵੀ ਆ ਗਈ, ਝਾੜੂ ਵੀ ਆ ਗਿਆ, ਅਤੇ ਹੁਣ ਨਵੀਂ ਕਾਂਗਰਸ ਆ,
ਇੱਕ ਭਾਜਪਾ ਹੈਗੀ ਆ, ਤੁਸੀਂ ਕਿਹਨੂੰ? ਅਸੀਂ ਤਾਂ ਪੁੱਛਣ ਲਈ ਆਏ ਹੈਗੇ ਵੀ ਹੁਣ ਸਰਕਾਰ ਜਿਹੜੀ ਹੈਗੀ ਚੰਗੀ ਕਿਹਦੀ ਆਊਗੀ? ਹੁਣ ਝਾੜੂ ਵਾਲੇ ਵਧੀਆ ਜਾਂ ਕਾਂਗਰਸ ਵਾਲੇ ਵਧੀਆ ਹੈਗੇ ਆ? ਝਾੜੂ ਵਾਲੇ ਦਾ ਰੰਗ ਰਾਤਾ ਅੱਗੇ, ਝਾੜੂ ਵਾਲੇ ਰੰਗ ਲਾਤਾ, ਰੰਗ ਲਾਤਾ, ਕੀ ਕੀਤਾ ਉਹਨਾਂ ਨੇ ਝਾੜੂ ਵਾਲਿਆਂ ਨੇ? ਬੱਤੀ ਫ੍ਰੀ ਐਜਾ ਵੋਟਾਂ ਪਵਾਲੀਆਂ, ਬੱਤੀ ਫ੍ਰੀ ਦਿੱਤੀ, ਹੈ ਬੱਤੀ ਫ੍ਰੀ ਦਿੱਤੀ, ਬੱਤੀ ਫ੍ਰੀ ਬਾਦਲ ਦੇ ਗਏ। ਇਹਦਾ ਬਾਦਲ ਦੇ ਕੰਮ ਨੇ ਸਾਰੇ, ਇਹਨੇ ਕੁਛ ਨਹੀਂ ਕੀਤਾ ਹੈਗਾ। ਜਿੰਨਾ ਵੀ ਮਜ਼ਰਾ ਜਾਣੀ ਇਹਨੇ ਵਾਅਦੇ ਕੀਤੇ ਸੀ, ਕੋਈ ਨਹੀਂ ਪੂਰੇ ਕੀਤੇ। ਤੇ ਹੁਣ ਇੱਧਰ ਨੰਬਰਦਾਰ ਨਾਲ ਗੱਲ ਕਰ, ਹੈਗਾ ਵਾ ਹਾਂ, ਹੋਰ ਕੀ ਚੱਲ ਰਿਹਾ ਜੀ? ਕਾਂਗਰਸ ਤਕੜੀ ਆਊ ਜਾਂ ਝਾੜੂ ਆਊਗਾ ਜਾਂ ਕਿਹੜੀ ਸਰਕਾਰ ਆ ਰਹੀ ਹੈ ਐਤਕੀ? ਸਰਕਾਰ ਕੋਈ ਵੀ ਆ ਜਾਵੇ, ਪਰ ਹੈ ਤਾਂ ਵਾਅਦੇ ਕਰਦੇ ਨੇ, ਮੁੜ ਕੇ ਪੂਰੇ ਕਰਦੇ ਨਹੀਂ ਹੈਗੇ। ਬਸ ਇਹ ਤਾਂ ਦੋ ਚਾਰ ਗੱਲਾਂ ਕਰਨ ਚਲੇ ਜਾਣਾ ਹੈਗਾ ਵਾ, ਅਸਾਂ ਕਿਹੜਾ ਇੱਥੇ ਬਹਿ ਕੇ ਹਾਂ ਕਰਨਾ ਹੈਗਾ ਵਾ। ਹਾਂ ਜਲ ਦੱਸ ਦਿਓ ਕੋਈ ਗੱਲ ਨਹੀਂ, ਕਿਹੜੀ ਸਰਕਾਰ ਚਾਹੀਦੀ ਤੁਹਾਨੂੰ? ਤਕੜੀ ਚਾਹੀਦੀ ਹੈ, ਝਾੜੂ ਚਾਹੀਦਾ ਜਾਂ ਆਪਣਾ ਕਾਂਗਰਸ ਚਾਹੀਦੀ ਹੈਗੀ? ਜਿਹੜਾ ਵਧੀਆ ਕੰਮ ਅਗਰ ਕੋਈ ਸਮ ਤਾਂ ਉਹ ਚਾਹੀਦਾ, ਚਾਹੇ ਕਾਂਗਰਸ ਹੋਵੇ, ਝਾੜੂ ਹੋਵੇ, ਅਕਾਲੀ ਹੋਣ, ਜਿਹੜਾ ਵਧੀਆ ਕੰਮ ਕਰੋ ਤਾਂ ਉਹਨੂੰ ਵੋਟ ਪਾਵਾਂਗੇ। ਬਸ ਠੀਕ ਹੈ, ਚਲੋ ਜਿਹੜਾ ਵਧੀਆ ਕਰਦਾ ਹੈਗਾ ਉਹਨੂੰ ਪਾ ਦਿਓ ਤੁਸੀਂ। ਕਹਿਣ ਦਾ ਮਤਲਬ ਤਾਂ ਇਹ ਹੈ ਕਿ ਚੰਗੀ ਸਰਕਾਰ ਆਉਣੀ ਚਾਹੀਦੀ ਹੈਗੀ ਹੈ। ਸਰਕਾਰਾਂ ਤਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਨੇ, ਅਤੇ ਅਕਾਲੀ, ਝਾੜੂ, ਕਾਂਗਰਸ ਅਤੇ ਫੁੱਲ ਹੈਗਾ ਵਾ ਤਕੜੀ ਆਪਣਾ। ਹਾਂਜੀ, ਅਤੇ ਹੁਣ ਪਹਿਲੇ ਕਹਿੰਦੇ ਸੀ ਬਦਲਾਓ ਚਾਹੀਦਾ, ਬਦਲਾਓ ਚਾਹੀਦਾ ਹੈਗਾ ਵਾ। ਹੁਣ ਫਿਰ ਆਪਾਂ ਨੇ ਵੋਟਾਂ ਪਾਉਣੀਆਂ ਹੈਗੀਆਂ ਨੇ, ਵੋਟ ਤਾਂ ਆਪਾਂ ਜ਼ਰੂਰ ਪਾਉਣੀ ਹੈਗੀ ਆ, ਪਾਉਣੀ ਹੈਗੀ ਸੋਚ ਸਮਝ ਕੇ, ਕਿਉਂਕਿ ਹਰ ਵਾਰ ਵੋਟ ਪਾਉਂਦੇ ਹੈਗੇ ਹਾਂ ਕਿਸੇ ਨਾ ਕਿਸੇ ਪਾਸੇ ਗਲਤ ਥਾਂ ਚੱਲ ਜਾਂਦੀ ਹੈਗੀ ਆ, ਆਪਾਂ ਸਰਕਾਰ ਬਣਾ ਦਿੰਦੇ ਹੈਗੇ ਹਾਂ। ਅਤੇ ਹੁਣ ਤੁਹਾਡਾ ਕੀ ਵਿਚਾਰ ਬਣਦਾ ਵੀ ਇੱਧਰ ਕੋਈ ਚੇਂਜ ਆਈ ਆ ਜਾਂ ਉਹੀ ਚੱਲਦਾ ਪਿਆ ਜਿੱਦਾਂ ਪਹਿਲੇ ਸੀਗਾ? ਕੋਈ ਕਿਸੇ ਨੂੰ ਦੱਸ ਨਹੀਂ ਰਿਹਾ ਹਜੇ ਕੁਛ ਵੀ, ਨਾ ਕੋਈ ਹਜੇ ਵੋਟਾਂ ਨਹੀਂ ਆਇਆ, ਕੋਈ ਕਿਸੇ ਪਾਰਟੀ ਦਾ ਆਇਆ ਹੀ ਨਹੀਂ, ਕੋਈ ਹਜੇ ਮੰਗਣੀ ਨਹੀਂ, ਪਾਰਟੀ ਦਾ ਸਾਡੇ ਹਲੇ ਆਇਆ ਨਹੀਂ, ਨਾ ਕੋਈ ਵਿਚਾਰ ਭਾਈ ਕਿਹਨੂੰ ਮੰਗਣੀ ਨਹੀਂ ਕੋਈ ਆਇਆ ਨਹੀਂ। ਹੁਣ ਜੇ ਪਹਿਲੇ ਚਮਚੇ ਜਿਹੜੇ ਆਉਂਦੇ ਹੁੰਦੇ, ਜਿਹੜੇ ਛੋਟੇ ਛੋਟੇ ਪ੍ਰਧਾਨ ਆਉਂਦੇ, ਸਭ ਉੱਡ ਗਏ, ਸਭ ਉੱਡ ਗਏ, ਉੱਡ ਗਏ, ਉੱਡ ਗਏ ਜਾਣਗੇ ਪਹਿਲੇ ਜਿਹੜੀ ਅੰਦਰ ਖਾ ਤੇ ਕਾਂਗਰਸ ਨੂੰ ਥੋੜਾ ਜਿਹਾ ਹੈਗਾ। ਮੈਂ ਦੇਖਿਆ ਪਿੰਡ ਕਾਂਗਰਸ ਦਾ ਹੈਗਾ ਥੋੜਾ ਜਿਹਾ, ਤਕੜੀ ਵੀ ਹੈਗੀ ਆ, ਤਕੜੀ ਵੀ ਥੋੜੀ ਉੱਠ ਗਈ ਆ, ਹੁਣ ਹਿੱਲਣ ਲੱਗ ਗਈ ਆ। ਨਹੀਂ ਤਕੜੀ ਤਾਂ ਮੁਸ਼ਕਿਲ ਹਿੱਲੂਗੀ, ਥੋੜੀ ਥੋੜੀ ਜਿਹੜੀ ਹੈਲਦੀ ਵਿੱਚ ਵਿੱਚ ਹਿੱਲਦੀ ਆ ਕਿਤੇ। ਹਾਂ ਤਕੜੀ ਇੱਥੇ ਕਿ ਇੰਨੀ ਕੁ ਹਿੱਲ ਕੇ ਸੌਂ ਜਾਣੀ ਹੈ। ਹਾਂ, ਨਹੀਂ ਹੋਰ ਪਿੰਡਾਂ 'ਚ ਤਾਂ ਪਿੱਛੋਂ ਆਇਆ ਗੇਟ ਵੱਲੋਂ, ਅਤੇ ਬਾਕੀ ਅਸਲ ਤਾਂ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਇਸ ਚੀਜ਼ ਦਾ, ਤੁਸੀਂ ਤਾਂ ਉਹ ਦੇਖੋ ਪਤਾ ਗੱਲ ਕੀ ਹੈਗੀ ਆ, ਉਹਦੇ ਚੱਕਰ ਇਹ ਹੋ ਗਿਆ ਵੀ ਹੁਣ ਜਿਹੜੇ ਵੀ ਕੈਂਡੀਡੇਟ ਖੜਦੇ ਆ ਨਾ ਕੋਈ ਵੀ, ਹੁਣ ਤਾਂ ਕੋਈ ਮਤਲਬ ਹੀ ਨਹੀਂ ਕਿਸੇ ਨੂੰ ਵੋਟ ਪਾਉਣ ਵਾਲਾ, ਕਿਉਂ ਕੋਈ ਇੱਕ ਕੋਈ ਕਿਸੇ 'ਚ ਕੋਈ ਆਥਰ ਨੂੰ ਉੱਧਰ, ਸਵੇਰ ਨੂੰ ਉੱਧਰ, ਦੁਪਹਿਰ ਨੂੰ ਉੱਧਰ, ਆਹੋ ਤਾਂ ਹੈ ਹੀ ਆ। ਹੁਣ ਕਿਸੇ ਕੋਲੇ ਕੈਂਡੀਡੇਟ ਹੀ ਨਹੀਂ ਹੈਗਾ ਆਪਦਾ, ਪਤਾ ਲੱਗਣਾ ਕਿਸੇ ਕੋਲ ਹੈਗਾ ਕੈਂਡੀਡੇਟ ਆਪਦਾ, ਸਾਰੇ ਬਾਹਰ ਵੀ ਫੜ ਕੇ ਲਿਆਂਦੇ ਆ। ਹਾਂ, ਚਾਰ ਪਾਰਟੀਆਂ ਬਣ ਗਈਆਂ, ਚਾਰ ਟੱਟੇ ਕੈਂਡੀਡੇਟ ਤਾਂ ਕਾਂਗਰਸ ਦੇ ਹੀ ਆ। ਹਾਂਜੀ, ਬੀ ਵੀ ਕਾਂਗਰਸ ਦਾ ਹੈਗਾ, ਬੱਟੀ ਵੀ ਕਾਂਗਰਸ ਦਾ, ਤੇ ਬਣਾਂਗ ਵੀ ਕਾਂਗਰਸ ਦਾ, ਸਾਰੇ ਕਾਂਗਰਸ ਦਾ। ਹਾਂ, ਪਾਰਟੀ ਤਾਂ ਸਾਡੀ ਕੋਈ ਹੈ ਕੋਈ ਯਾਰ, ਜੇ ਤਾਂ ਚੁਟਕਲੇ ਸੁਣ ਲੈ ਹੋ, ਹਾਂ ਫਿਰ ਤਾਂ ਭਗਵੰਤ ਮਾਨ ਵਰਗਾ ਬੰਦਾ ਹੈ। ਹਾਂ, ਮਨੋਰੰਜਨ ਕਰਨ ਦਾ, ਮਨੋਰੰਜਨ ਵਾਸਤੇ, ਪੰਜਾਬ ਪੰਜੂਬ ਦਾ ਕੋਈ ਮਤਲਬ ਨਹੀਂ ਕਿਸੇ ਨੂੰ ਵੀ, ਹਾਂ ਉਹ ਤਾਂ ਚਾਹੇ ਕੋਈ ਵੀ ਬਣ ਜੇ। ਭਗਵੰਤ ਮਾਨ ਕਹਿੰਦਾ ਰਾਜਾ ਬੜੈਂਗ ਤੇ ਬਿੱਟੂ ਦੋਨੇ ਗੱਪੀ, ਜਿੱਤੂ ਮੇਰਾ ਪੱਪੀ, ਕੋਈ ਨੀ ਪਤਾ ਉਹੀ ਪੱਪੀ ਕਿਹੜਾ ਕਰਦਾ। ਮੈਂ ਹੁਣ ਕੁਰਸੀ ਤੇ ਬੈਠਾ ਹੈ ਨਾ, ਮੈਨੂੰ ਪਿਸ਼ਾਬ ਆਉਂਦਾ ਜ਼ੋਰ ਦੀ, ਪਰ ਮੈਂ ਉੱਠ ਨਹੀਂ ਰਿਹਾ, ਇੱਥੇ ਕਿਸੇ ਨੇ ਹੋਰ ਬਹਿ ਜਾਣਾ, ਆਹ ਕੰਮ ਇਹਨਾਂ ਦਾ, ਮੈਂ ਬੂਥ ਚੜ੍ਹ ਵੀ ਨਹੀਂ ਉੱਠ ਰਿਹਾ। ਛੱਡਣ ਕੁਰਸੀ ਛੁੱਟਦੇ ਦੂਜੇ ਪਾਸੇ।
ਬਸ ਆਪਣੇ ਬਾਰੇ ਸੋਚਦੇ ਹੈਗੇ। ਹੋਰ ਨੇ ਬਦਲਾ ਲਿਆ ਤੇ ਲੋਕਾਂ ਨੂੰ ਸੀਗਾ ਵੀ ਭਗਵੰਤ ਮਾਨ ਦੇ ਵੀ ਬਹੁਤ ਬਦਲਾ ਆਜੂ ਵਧੀਆ, ਪਰ ਲੋਕਾਂ ਨੇ ਉਹਦੀ ਆਸ ਤੋਂ ਦੁੱਗਣਾ ਤਿੱਗਣਾ ਕੰਮ ਕਰਤਾ। ਜਿੱਤੇ ਵੀ ਭਗਵੰਤ ਮਾਨ ਕਰਕੇ ਸੀ, ਜੇ ਕਿਤੇ ਉਹਨੂੰ ਪ੍ਰੋਜੈਕਟ ਨਾ ਕਰਦੇ ਸੀ ਐਮ, ਉਹਨਾਂ ਨੂੰ ਆਹ ਕੁਛ ਨਹੀਂ ਹੋਣਾ। ਪਰ ਜਿਹੜਾ ਹੁਣ ਸੀ ਐਮ ਬਣਿਆ ਉਹਦੇ ਵੀ ਹੱਥ 'ਚ ਕੁਛ ਨਹੀਂ ਹੁੰਦਾ ਸਾਲਾ, ਉੱਤੋਂ ਤੱਕ ਉੱਤੋਂ ਝੰਡੀਆਂ ਹਿਲਦੀਆਂ ਸਾ, ਕੋਈ ਵੀ ਪਾਰਟੀ ਹੈ ਚਾਹੇ। ਹਾਂਜੀ ਜਾਣੇ ਵੀ ਇਹਦੇ ਕਰਕੇ, ਬਸ 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 ਗੱਲ ਬਣੀ ਨਹੀਂ ਹੈਗੀ ਨਾ, ਕਿਉਂਕਿ ਇਹਦਾ ਬਾਦਲ ਵਾਂਗੂ ਜ਼ਿਆਦਾ ਮਿਹਨਾ ਬਣ ਕੇ ਲੁੱਟੀ ਜਾਂਦਾ ਫਿਰ। ਹਾਂ ਉਹ ਕਹਿੰਦੇ ਸੇਵਾ, ਯਾਨੀ ਕਿ ਰਾਜਨੀ ਸੇਵਾ ਸੀ ਉਹਨਾਂ ਸੇਵਾ, ਉਹ ਸੇਵਾ ਚ ਇਹੋ ਜਿਹੇ ਕੈਪਟਨ ਕਿਹਾ ਸੀਗਾ ਨੌਕਰੀ ਘਰ ਘਰ ਨੌਕਰੀ ਕਿਹਾ ਸੀ ਇਹੋ ਜਿਹੇ ਉਹਨੇ ਸਿੰਘ ਭੋਰੇ ਸਾਰੀ ਜਨਤਾ ਗੁਟਕਾ ਸਾਹਿਬ ਫੜ ਕੇ ਵਾਅਦੇ ਕਰਦੇ ਨੇ, ਵਾਅਦੇ ਕਰਦੇ ਨੇ ਝੂਠੇ ਸਾਰੇ। ਅੱਛਾ ਦੇਖੋ ਆਪਾਂ ਹਰ ਵਾਰੀ ਕੋਈ ਨਾ ਕੋਈ ਜਾਦੂ ਛੱਡਾ ਵੋਟਾਂ ਲੈ ਜਾਂਦੇ ਚਲੇ ਜਾਂਦੇ ਨੇ, ਵੈਸੇ ਤਾਂ ਲੋਕਾਂ ਨੂੰ ਪਰ ਹੁਣ ਐਂ ਵੋਟਾਂ ਨਹੀਂ ਇੱਕ ਤਰਫਾ ਹੁਣ ਕਰਿਆ, ਜਿਹੜੇ ਆਣਗੇ ਮੁੰਡ ਮਾਰ ਕੇ ਚਲੇ ਜਾਣਗੇ ਜਿਹੜਾ ਮਰਜ਼ੀ ਆਵੇ। ਹੈਂ ਜਿਹੜਾ ਮਰਜ਼ੀ ਆਵੇ, ਅੱਜ ਤਾਂ ਖੋਲ ਕੇ ਬੈਠੇ ਮੈਂ ਕਹਿੰਦਾ ਬਾਦਲ ਨੂੰ ਮਾੜਾ, ਬਾਦਲ ਮਾੜਾ ਨਹੀਂ ਸੀ ਉਹਦਾ ਮੁੰਡਾ ਮਾੜਾ, ਉਹਦਾ ਬਾਦਲ ਨੇ ਬਹੁਤ ਸਾਡੇ ਲੋਕਾਂ ਨੂੰ ਸਵਾਰਿਆ। ਮੇਰੀ 84 ਸਾਲ ਦੀ ਉਮਰ ਹੈ, ਇੱਥੇ ਸਾਡਾ ਰੋਪੜ ਤੋਂ ਲਾ ਕੇ ਫਾਜ਼ਿਲਕਾ ਫਸਲਾਂ ਡੁੱਬ ਜਾਂਦੀ ਸੀ, ਕਾਂਗਰਸ ਨੇ ਕੁੜੀ ਨਹੀਂ ਜਾਈ, ਸਾਨੂੰ ਬਾਦਲ ਨੇ 300 ਰੁਪਈਆ ਮੁਆਵਜ਼ਾ ਦਿੱਤਾ, ਅਸੀਂ ਪੈਰਾਂ 'ਤੇ ਖੜ੍ਹੇ ਹੋ ਗਏ। ਬਾਦਲ ਮਰ ਗਿਆ, ਉਹਦੇ ਮੁੰਡੇ ਨੇ ਕੰਮ ਖਰਾਬ ਕੀਤਾ ਜਾਂ ਜੋ ਮਜੀਠੀਏ ਨੇ ਕੀਤਾ, ਅਸੀਂ ਤਾਂ ਹੁਣ ਕਹਿ ਵੀ ਕਹਿੰਦੇ ਮਜੀਠੀਆ ਉਹਦਾ ਕੋਈ ਪਤਾ ਸੀ, ਮੈਂ ਇਹਦਾ ਕੋਈ ਸਿਆਸੀ ਬੰਦਾ ਨਹੀਂ, ਮੈਂ ਸਾਦਾ ਬੰਦਾ। ਠੀਕ ਆ, ਜੋ ਬਾਦਲ ਨੇ ਸਾਨੂੰ ਪੈਰ ਲਾਏ ਨਾ, ਇਹ ਜਿਹੜੇ ਬੈਠੇ ਨਾ ਫੜਾ ਮਾਰਦੇ, ਇਹ ਬਾਦਲ ਸਿਰ ਦੀ ਬਾਦਲ ਦੇ ਬਾਦਲ ਨੇ ਉਹਦੇ ਮੁੰਡੇ ਨੇ ਕੰਮ ਖਰਾਬ ਕੀਤਾ। ਬਾਦਲ ਬਿਲਕੁਲ ਉਹਨੇ ਇਹ ਜਿਹੜੀ ਸਾਡਾ ਬੁਢਾਪਾ ਪੈਨਸ਼ਨ ਦਿੱਤੀ ਹੈ, ਸਾਨੂੰ ਦਾਣੇ ਦਿੱਤੇ ਨੇ, ਬਾਦਲ ਦੀ ਬਿਜਲੀ ਪੂਰੀ ਕੀਤੀ ਉਹਨੇ, ਬਿਜਲੀ ਪੂਰੀ ਕਰਦੇ ਸੀਗੇ। ਹਾਂਜੀ ਅਸੀਂ ਹੈਗੇ ਭੁੱਖਮਰੀ, ਭੁੱਖਮਰੀ ਦੇ ਸਾਨੂੰ ਜਿਹਨੇ 2 ਕਿਲੋ ਕਣਕ ਤੋਂ 3 ਕਿਲੋ ਦੇ ਦਿੱਤੀ ਅਸੀਂ ਉਹਨੂੰ ਬਿਜਲੀ ਫ੍ਰੀ ਮਿਲ ਗਈ ਆਪਾਂ ਨੂੰ ਵਧੀਆ। ਹੋਰ ਵਧਾਤਾ ਫ੍ਰੀ ਵਾਲਾ ਕੰਮ, ਜਦਕਿ ਭਾਰਤ ਆਪਣੇ ਵੀ ਪੈਣਾ, ਆਪਣੇ ਤੇ ਦਿੱਤਾ ਕਿ ਉਹਨੇ ਬਿਜਲੀ ਦੇ ਬਿੱਲ ਨੂੰ ਫ੍ਰੀ ਕੀਤੇ ਜਾਂ ਹੋਰ। ਅਸੀਂ ਇਹ ਕਹਿੰਦੇ ਨਹੀਂ ਨਹੀਂ ਫ੍ਰੀ, ਅਸੀਂ ਨਹੀਂ ਕਹਿੰਦੇ ਬਾਦਲ ਚੰਗਾ ਸੀ, ਬਾਦਲ ਕਿਉਂ ਚੰਗਾ ਸੀ, ਜਿਹੜਾ ਫ੍ਰੀ ਦਿੰਦਾ ਉਹ ਬੰਦਾ ਕੋਈ ਵੀ ਨਹੀਂ ਚੰਗਾ ਚੰਗਾ ਹੈਗਾ, ਜਿਹੜਾ ਬੱਚਿਆਂ ਦਾ ਜਿਹੜਾ ਹੱਥ ਕੰਮ ਕਰਨ ਤੋਂ ਬਿਨਾਂ ਜਿਹੜਾ ਦਿੰਦਾ ਹੈਗਾ, ਆਪਾਂ ਕੋਈ ਥੋੜ੍ਹੀ ਮੰਗਤੇ ਥੋੜ੍ਹੀ ਹੈਗੀ। ਹੁਣ ਬਾਹਰ ਬਾਲੇ ਬਾਲੇ ਕਰਦੇ, ਹਸਪਤਾਲ ਆਇਆ ਕਰਾਂਗੇ, ਸਕੂਲ ਆਇਆ ਕਰਾਂਗੇ, ਬਹੁਤ ਕਰਾਂਗੇ, ਉਹ ਮਗਰੋਂ ਗੱਲਾਂ ਹੀ ਰਹਿ ਜਾਂਦੀਆਂ ਰਹਿ ਜਾਂਦੀਆਂ ਨੇ। 1000 ਰੁਪਈਆ ਦਊਂਗਾ ਮੈਂ, ਉਹ ਦਊਂਗਾ, ਉਹ ਵੀ ਨਹੀਂ ਦਿੱਤਾ ਕਿਸੇ ਨੂੰ। ਇੱਕ ਗੁਆਂਢੀ ਦਾ ਜਾਂਦਾ ਤਾਂ ਬੱਸ 'ਚ ਬੱਚਾ, ਦੂਜੇ ਦਾ ਵਿਚਾਰਾ ਹੁੰਦਾ ਵਾ ਪੈਦਲ ਤੁਰਿਆ ਹੁੰਦਾ ਵਾ, ਅਤੇ ਇਹ ਤਾਂ ਦੇਖਣਾ ਚਾਹੀਦਾ ਨਾ ਇਹ ਆਹ ਸਕੂਲਾਂ ਦਾ ਅਤੇ ਹੈਲਥ ਸਿਸਟਮ ਹੈ ਜਿਹੜਾ ਹੈਲਥ ਸਿਸਟਮ ਹੈ, ਸਕੂਲਾਂ ਵਾਲਾ ਪ੍ਰੋਗਰਾਮ ਆ, ਪ੍ਰਾਇਮਰੀ ਸਕੂਲਾਂ ਵਾਲਾ, ਹਾਈ ਸਕੂਲਾਂ ਵਾਲਾ, ਜੇ ਪ੍ਰਾਈਵੇਟ ਸਕੂਲਾਂ ਵਾਲਾ ਕੰਮ ਹੀ ਨਾ ਹੁੰਦਾ, ਸਾਰੇ ਬੱਚੇ ਇਕੱਠੇ ਪੜ੍ਹਦੇ ਬਰਾਬਰ ਹੋਣੇ ਚਾਹੀਦੇ ਸੀ, ਠੀਕ ਹੈ ਨਾ। ਇਹ ਤਾਂ ਮਤਲਬ ਇਹ ਹੋ ਗਿਆ ਵੀ ਯਾਰ ਉਹ ਆਪਦਾ ਖਾਈ ਜਾਂਦੇ ਆ, ਅਸੀਂ ਜਿੱਥੇ ਕੁ ਅਸੀਂ ਬੈਠੇ ਹਾਂ, ਹੁਣ ਇਹ ਸਾਡੇ ਪਾਠੀ ਨੇ, ਠੀਕ ਆ ਨਾ। ਚਲੋ ਗੁਰਦੁਆਰੇ ਦੇ ਪਾਠੀ ਤਾਂ ਨਹੀਂ, ਵੈਸੇ ਊਂ ਪਾਠੀ ਹੈ, ਅਤੇ ਬੋਲੀ ਤੁਸੀਂ ਦੇਖ ਲਓ ਕਿ ਤੁਹਾਨੂੰ ਕੱਟਣੇ ਪੈਣੇ ਲਫ਼ਜ਼, ਹੈ ਨਾ। ਸਾਰੇ ਗੱਲ ਕਰਦੇ ਬਜ਼ੁਰਗ, ਸਾਰੇ ਗਾਲਾਂ ਕੱਢਦੇ, ਹੁਣ ਕਿਹਦੀ ਕਿਹਦੀ ਕੱਟੀ ਜਾਈਏ, ਹੁਣ ਨਹੀਂ ਕਰਦੇ ਅਸੀਂ ਟਿਊਨ ਕਰਦੇ ਹੈਗੇ। ਹਾਂ ਮਨ ਦੀਆਂ ਭਾਵਨਾ ਨੇ, ਜਿਹੜੇ ਬੰਦਾ ਦੁਖੀ ਹੁੰਦਾ ਗਾਲਾਂ ਕੱਢਦਾ ਵਾ। ਸਭ ਤੋਂ ਵੱਧ ਰਾਜ ਬਾਦਲ ਨੇ ਕੀਤਾ, ਹਾਂਜੀ ਹਾਂਜੀ, ਜਿੰਨਾ ਬਾਦਲ ਨੇ ਬੇੜਾ ਗਰਕ ਕੀਤਾ ਔਰ ਕਿਸੇ ਨੇ ਨਹੀਂ ਕੀਤਾ ਤਕਰੀਬਨ। ਇਹ ਹੈ ਤਾਂ ਸਾਰੇ ਪਹਿਲਾਂ ਬਾਦਲ ਨਾਲ,
ਕੰਮ ਪਰੇ ਨੇ ਕੀਤੇ ਹੀ ਨਹੀਂ, ਇੱਕ ਦੋ ਚੰਗੇ ਕੀਤੇ ਜਿਹੜੇ ਵਿੱਚ ਚੁਟਕਲੇ ਛੱਡਦਾ ਨਾ, ਉਹ ਸਰਕਾਰਾਂ ਦੇ ਕੰਮ ਨਹੀਂ ਹੈ ਯਾਰ ਇਹ ਵੀ ਚੁਟਕਲੇ ਛੱਡਣੇ। ਫ੍ਰੀ ਦੇਣਾ ਵੀ, ਫ੍ਰੀ ਵੀ ਨਹੀਂ ਦੇਣਾ ਚਾਹੀਦਾ। ਸੋਚੋ ਇੱਕ ਜ਼ਿੰਮੇਵਾਰ ਪਰਿਵਾਰ ਦਾ ਬੰਦਾ ਬੈਠਾ ਹੋਵੇ, ਉਹਨੇ ਪਰਿਵਾਰ ਚਲਾਉਣਾ, ਉਹਨੂੰ ਮੈਨੂੰ ਲੱਗਦਾ ਅੱਧੀ ਰਾਤ ਤੱਕ ਤਾਂ ਨੀਂਦ ਹੀ ਨਹੀਂ ਆਉਂਦੀ, ਇਹਦਾ ਢਿੱਡ ਕਿਵੇਂ ਭਰਨਾ, ਇਹਦਾ ਕਿਵੇਂ ਭਰਨਾ, ਇਹਦਾ। ਉਹਨੂੰ ਚੁਟਕਲੇ ਸੋਚਦੇ ਬੱਚੇ, ਕਹਿੰਦੇ ਏਸੀ ਲਿਆ ਦੇ ਪਾਪਾ, ਮੈਨੂੰ ਲਿਆ ਦੇ ਫ੍ਰਿਜ ਲਿਆ ਦੇ, ਮੈਨੂੰ ਮੋਟਰਸਾਈਕਲ ਲਿਆ ਦੇ, ਤੇ ਉਹਨੂੰ ਕਿਤੇ ਉਹਨੂੰ ਚੁਟ। ਇਹ ਸਾਨੂੰ ਸਾਰੇ ਨਾ ਗੱਪਾਂ ਸੁਣਾ ਸੁਣਾ ਕੇ ਲੁੱਟੀ ਜਾਂਦੇ ਆ, ਅਸੀਂ ਉੱਥੇ ਟਿਕੇ ਹੋਏ ਹਾਂ। ਵੈਸੇ ਤਾਂ ਮੈਂ ਤਾਂ ਕਹਿੰਦਾ ਵੋਟ ਨੋਟਾਂ ਨੂੰ ਪੈਣੀ ਚਾਹੀਦੀ, ਸਾਨੂੰ ਕਿਤੇ ਕੰਮ ਲਾਇਆ ਹੋਵੇ, ਠੀਕ ਆ ਨਾ। ਬਿਲਕੁਲ ਕੰਮ ਦਿਓ, ਬਿਆਨਾ ਤੂੰ ਕੰਮ, ਤੈਨੂੰ ਮਿਲ ਗਿਆ ਮਹੱਲੇ ਦੇ ਵਿੱਚ ਆਪਣਾ ਕੰਮ ਦਿਓ, ਸਾਥੋਂ ਚਲਾਓ ਸਰਕਾਰ। ਸਾਡੇ ਬਾਈ ਜੀ ਇੱਥੇ ਚਾਰ ਕੰਪਲੇਂਟ ਸੈਂਟਰ ਹੁੰਦਾ ਸੀ ਸਾਡੇ ਬਿਜਲੀ ਵਾਲਾ, ਚਾਰ ਮੁਲਾਜ਼ਮ ਬੈਠੇ ਰਹਿੰਦੇ ਸੀਗੇ। ਇਸ ਵਕਤ ਬਿਜਲੀ ਘਰ ਚਾਰ ਮੁਲਾਜ਼ਮ ਹੈ ਟੋਟਲ, ਪੰਜਾਬ ਦੇ ਯਾਰ, ਇਹ ਸਟੇਟ ਦਾ, ਇਹ ਸਟੇਟ ਦਾ, ਇਹ ਥਾਣੇ ਹੋ ਗਏ, ਸਕੂਲ ਹੋ ਗਏ, ਕਿੰਨੇ ਕੁ ਪਿੰਡ ਤੁਹਾਨੂੰ ਕੀ ਲੱਗਦਾ, ਤੁਹਾਨੂੰ ਇਹ ਚੀਜ਼ ਦਾ ਜਾਣ ਕੋਈ ਪਤਾ ਗੱਲ ਕੀ ਹੈਗੀ ਹੈ। ਹਾਂ ਥੋੜ੍ਹਾ ਜਿਹਾ ਨਾ ਮਨ ਲੋਕਾਂ ਦਾ ਭਰਿਆ ਹੋਇਆ ਇੱਕ ਪਾਰਟੀ ਤੋਂ, ਮੈਂ ਆਪਣੇ ਇੱਥੋਂ ਮੇਰੇ ਸਾਹਮਣੇ ਬੋਲਦੇ ਪਏ ਹੈਗੇ, ਉਹ ਤੁਸੀਂ ਦੇਖਦੇ ਰਹੀਓ ਵਿੱਚ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਲੋਕ ਕਿਹੜੀ ਕਿਹੜੀ ਗੱਲ ਬੋਲਦੇ ਹਨ। ਸਾਰੀਆਂ ਪਾਰਟੀਆਂ ਜਿੱਦਾਂ ਤੁਸੀਂ ਗੱਲਾਂ ਕਰੀ ਅੱਧੇ ਗੱਲਾਂ ਕਰੀ ਜਾਂਦੇ ਪਏ, ਮੋਦੀ ਆ ਜੂਗਾ ਨੂੰ ਹੈ। ਚਲੋ ਹੁਣ ਦੇਖ ਕੇ ਤੁਹਾਨੂੰ ਪਤਾ ਲੱਗੂ, ਮੋਦੀ ਵਾਲੇ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਪਿੱਛੋਂ ਆਈ ਜਾਂਦੀਆਂ ਨੇ, ਮੋਦੀ ਨੂੰ ਕਿਹੜਾ ਕਹਿੰਦਾ ਵਾ ਸ਼ਹਿਰਾਂ 'ਚ ਕੀ ਹੈ, ਇੱਧਰ ਹਾਲਾਤ ਆ ਦੇ ਪਿੰਡਾਂ ਦੇ ਹਾਲਾਤ ਕੀ ਨੇ, ਬੋਲ ਦੇਗਾ ਕੀ ਗੱਲ ਬੋਲੇਗਾ, ਸਾਰਾ ਪਿੰਡ ਘੁੰਮਦਾ, ਛੇ ਪਿੰਡ ਘੁੰਮ ਕੇ ਆਇਆ ਹੁਣੇ, ਨਹੀਂ ਝਾੜੂ ਆਊ ਜਾਂ ਤਕੜੀ ਆਊ ਜਾਂ ਫਿਰ ਪੰਜਾ ਆਊਗਾ, ਦੱਸ ਦੇ ਫਿਰ ਭਗਵੰਤ ਮਾਨ ਨੂੰ ਸਭ ਲੋਕਾਂ ਨੇ ਵੋਟ ਪਾਈ ਸੀ, ਠੀਕ ਆ ਨਾ, ਵੀ ਇਹ ਨਵੀਂ ਪਾਰਟੀ ਹੈ। ਹੁਣ ਸਾਨੂੰ ਵੈਸੇ ਤਾਂ ਬਦਲ ਕੋਈ ਲੱਭ ਨਹੀਂ ਰਿਹਾ, ਸਭ ਤੋਂ ਵੱਡੀ ਗੱਲ ਤਾਂ ਬੰਦੇ ਤਾਂ ਉਹੀ ਹੈ ਨਾ, ਆਪਦਾ ਜ਼ਮੀਰ ਹੈ ਨੀ ਕਿਸੇ ਦਾ, ਬੰਦੇ ਤਾਂ ਉਹੀ ਰਹਿ ਗਏ ਜਿਹੜੇ ਪੁਰਾਣੇ ਲੀਡਰ ਸੀ, ਉਹੀ ਰਹਿ ਗਏ ਹੁਣ, ਜਿੰਨੇ ਖੜੇ ਸਾਰੇ ਉਹੀ ਖੜੇ ਨੇ ਪੁਰਾਣੇ, ਕਿਸੇ ਪਾਰਟੀ 'ਚ ਖੜੇ ਆ, ਤੁਸੀਂ ਵੀ ਆ ਗਏ ਹੋ ਪਿੰਡਾਂ 'ਚ ਵੀ ਜਾ ਕੇ ਆਏ ਹੋ, ਜਿੰਨੇ ਖੜੇ ਨੇ ਹਰੇਕ ਦੋ ਚਮਚੇ ਹੁੰਦੇ, ਇੱਕ ਦੇ ਦੋ, ਦੂਜੇ ਦੇ ਦੋ, ਦੂਜੇ ਆ ਤਾਂ ਹੈ ਹੀ ਆ ਪਿੰਡਾਂ ਦੇ ਵਿੱਚ, ਕਿੱਥੇ ਦੋ ਤੇ ਸਾਰੇ ਰੁਕ ਗਿਆ, ਕਹਿੰਦਾ ਸੀ ਵੀਡੀਓ ਨੂੰ ਬਣਾਣੀ, ਆ ਚਾਰ ਪਿੰਡ ਘਰ ਛੱਡ ਕੇ ਪਿੱਛੇ ਹੀ ਖੁਸ਼ ਹੋ ਕੇ ਬਣਾਓ, ਹਾਂ ਨਹੀਂ ਉਹ ਰੋਕ ਲਿਆ, ਮੁੰਡਾ ਰੋਕਿਆ ਨਹੀਂ, ਮੈਂ ਕਿਹਾ ਭਾਈ ਆ, ਕਹਿੰਦਾ ਖਾਧੀ ਪੀਤੀ ਹੁੰਦੀ ਹੈ ਸਾਰਿਆਂ ਨੇ ਇਸ ਟਾਈਮ, ਕਹਿੰਦਾ ਆਪਣੇ ਆਪਣੇ, ਤੇ ਮੈਂ ਕਿਹਾ ਭਰਾਵਾ ਮੈਂ ਕਿਹੜਾ ਮਾੜੀ ਗੱਲ ਕਰਨੀ ਹੈਗੀ, ਖਾਧੀ ਪੀਤੀ 'ਚ ਬੋਲਦਾ ਸੱਚ ਹੀ ਬੋਲੂ, ਸੱਚ ਹੀ ਬੋਲੂ, ਹਾਂ ਹਾਂ ਤੇ ਦੇਖੋ ਜੀ, ਚਲੋ ਥੋੜੀ ਜਿਹੜਾ ਵੀ ਕਿਸੇ ਨੇ ਬੋਲਦਾ ਠੀਕ ਹੈ, ਗੱਲ ਕਰਦਾ ਹਾਂਜੀ, ਸਾਡਾ ਹੀ ਪਿੰਡ ਹੈ ਹਾਂਜੀ, ਤਿੰਨ ਪਾਰਟੀਆਂ ਹੋ ਗਈਆਂ ਹਾਂਜੀ, ਤਿੰਨੇ ਸਰਪੰਚ ਖੜਨਗੇ, ਹਾਂ
ਅੱਗੇ 8 ਮੈਂਬਰ ਚਾਹੀਦੇ ਸੀ, ਹੁਣ 12 ਹੋਣਗੇ, 12 ਹੋਣਗੇ, ਡੰਡਾ ਖੜਕਣਾ ਹੀ ਖੜਕਣਾ, ਇਹ ਕੋਈ ਪਤਾ ਨਹੀਂ ਹੈਗਾ ਬਾਈ ਜੀ। ਇਹ ਆ ਵੀ ਪੈਸਾ ਲਾ ਕੇ ਜਿੱਤਦੇ ਆ, ਬਸ 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 ਠੀਕ ਹੈ, ਅੱਗੇ ਆ ਬੰਦਾ ਜਿੱਤ ਨਹੀਂ ਸਕਦਾ, ਪਹਿਲੇ ਮਾਰਚ ਜੀ ਨੂੰ ਖੜਾ ਕਰਦੇ ਜਿੱਤ ਜਾਂਦਾ ਸੀ, ਜਾਂ ਸ੍ਰੀ ਬੰਦੇ ਨੂੰ ਖੜਾ ਕਰਦੇ ਤੇ ਜਿੱਤ ਜਾਂਦਾ ਸੀਗਾ, ਤੇ ਅੱਜ ਕੱਲ੍ਹ ਤਾਂ ਪੈਸੇ ਵਾਲਾ ਖੜਾ, ਚਲੋ ਪੈਸਾ ਲਾ ਕੇ ਜਿੱਤੂਗਾ, ਅਸੀਂ ਵੀ ਉਸ ਜੀ ਉਹਨੂੰ ਮਰੇ ਨੂੰ 20 ਸਾਲ ਹੋ ਗਏ, ਹਾਂਜੀ, ਉਹ ਕਹਿੰਦਾ ਪੈਸਾ ਨਹੀਂ ਪੱਲੇ ਬਾਜ਼ਾਰ ਖੜੀ ਹੱਲੇ, ਹੈਂ ਪੈਸਾ ਫੈਂਕੋ, ਕਹਿੰਦਾ ਤਮਾਸਾ ਤਮਾਸਾ ਦੇਖੋ, ਬਸ ਅਸੀਂ ਤਾਂ 15 ਭਾਈ ਇਹ ਕਹਿੰਦਾ ਲੀਡਰ ਵੀ ਮਾੜੇ ਸੀਗੇ, ਅਸੀਂ ਲੋਕ ਵੀ ਮਾੜੇ ਆ, ਕਿਹਨਾਂ ਨੇ ਬਣਾਇਆ, ਉਹਨਾਂ ਨੇ ਬਣਾਇਆ ਨਾ, ਆਪਾਂ ਬਣਾਉਣੇ, ਉਹਨਾਂ ਨੇ ਬਣਾਇਆ, ਫਿਰ ਆਪਣਾ ਤਾਂ ਉਹ ਦਿਮਾਗ ਕੰਮ ਕਰਦਾ ਸੀ ਨਾ, ਜੋ ਚੀਜ਼ਾਂ ਮੁਫਤ ਦਿੱਤੀਆਂ ਉਹਨਾਂ ਨੇ ਆਪਾਂ ਪਾਣੀਆਂ ਨਾ, ਉਹ ਕਹਿੰਦੇ ਜਵਾਕਾਂ ਦੀ ਸਾਡੀ ਪੜ੍ਹਾਈ ਫ੍ਰੀ ਕਰੋ ਵੀ, ਅਸੀਂ ਤਾਂ ਨਹੀਂ ਦਿੰਦੇ 2 ਰੁਪਏ, ਉਹ ਮੁਫਤ ਵਾਲਾ ਸਿਫਤਾਂ ਕਰ ਗਿਆ ਨਾ, ਲੁਫਤ ਵਾਲਾ ਸਿਫਤਾਂ ਕਰ ਗਿਆ, ਹੁਣ ਇੱਥੇ ਵੈਸੇ ਆ ਕੇ ਟਰੱਕ ਖੜ ਜਾਵੇ ਲੋਕ ਦੇਖਣ ਲੱਗ ਜਾਂਦੇ ਵੀ ਕਲਕੱਤਾ ਹੀ ਆ ਗਈ ਕਿਤੇ, ਅੱਛਾ ਇੱਕਦਮ ਬੱਚੇ ਤਾਂ ਬਾਹਰ ਚਲੇ ਗਏ ਨੇ, ਜ਼ਿਆਦਾਤਰ ਤਾਂ ਬੱਚੇ ਬਾਹਰ ਹੀ ਚਲੇ ਗਏ ਨੇ, ਬਾਹਰਲੇ ਜ਼ਿਆਦਾ ਫੋਨ ਕਰਦੇ ਆ, ਹਾਂ ਰਾਤ ਨੂੰ ਸਾਡੀਆਂ ਵੀਡੀਓ ਵੀ ਉਹੀ ਦੇਖਦੇ ਨੇ ਬੈਠ ਕੇ ਨਿਆਣੇ ਕੈਨੇਡਾ ਵਾਲੇ, ਆਪਾਂ ਆਪਣੇ ਪਿੰਡ ਦੇ ਫੇਰ ਨਹੀਂ ਰੱਜਣਾ ਹੈਗਾ, ਆਪਣੇ ਪਿੰਡ ਨੇ ਨਹੀਂ ਰੱਜਣਾ, ਮੈਂ ਤੁਹਾਨੂੰ ਸਹੀ ਗੱਲ ਕਹਿੰਦਾ, ਹਾਂ ਜਿੰਨਾ ਮਰਜ਼ੀ ਖਵਾਈ ਜਾਓ ਇਹਨਾਂ ਨੂੰ, ਚਲੋ ਵੀ ਦੋਸਤ ਚੱਲਦੇ ਹੈਗੇ ਹੈ।